साडा बर्त तद खुलेगा जब पंजाब तो हरियाणे दे विच एस वाई एल आएगी ते एस वाई एल दे नहर विचों असि गड़बा पानी का भर के फिर पानी पीवांगे वरना पानी नहीं पी के असि बर्त ही नहीं खोलना। मैं हैरान रह गया एस वाई एल का मुद्दा चक्या क्यों जाता है, हर बार सिखा दे हिरदे पंजाबियों के हिरदे क्यों बुलंदरे जाते हैं। एक दशमेश नहर निकलनी है पुआध इलाके दे विचों जानी वह भी हरियाणे के विच है, पर उस दशमेश नहर का सब तो ज्यादा फायदा पंजाबियों को होना है। उस दशमेश नहर की कदे गल नहीं की गई, जेड़ा पानी सीधा दिल्ली नूं जाणा एस वाई एल दे तौर ते उसकी गल हमेशा उछाल के की जाती है। बीजी हरियाणा पानी मंगता उसनूं पानी दे दे, हरियाणे नूं पानी की लोड़ नहीं, पानी की लोड़ है जमना पार वाले नूं जेड़े जमना का पानी पीते ने, जिन्हां नूं जमना दे पानी की लोड़ है उन्हें दिल्ली रहिंदे उन्हां नूं लोड़ है ते वह लोड़ अनुसार पानी की मंग करते ने। ते जदों सानूं कितें लोड़ पै जावे असीं पैसे दे के चीज मंगाउने आ ਉਹ ਸਾਤੋਂ ਫ੍ਰੀ ਖਰੀਦਣ ਨੂੰ ਕਹਿੰਦੇ ਨੇ। ਨਹਿਰ ਦਾ ਨਾਂ ਹੈ ਸਤਲੁਜ ਜਮੁਨਾ ਲਿੰਕ ਨਹਿਰ। 214 ਕਿਲੋਮੀਟਰ ਲੰਬੀ ਇਹ ਨਹਿਰ ਬਣੀ ਸੀ। ਜਦੋਂ ਨਹਿਰ ਦਾ ਆਰੰਭ ਹੋਣਾ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਪੂਰੀ ਮੋਰਚਾ ਲਗਾ ਦਿੱਤਾ, ਜਿਹੜਾ ਹੌਲੀ ਹੌਲੀ ਬਦਲ ਕੇ ਧਰਮ ਯੁੱਧ ਮੋਰਚਾ ਬਣ ਗਿਆ। ਪਰ ਸਿੱਖਾਂ ਨੂੰ ਕੋਈ ਇਨਸਾਫ ਨਾ ਮਿਲ ਸਕਿਆ, ਨਹਿਰ ਤਾਂ ਰੁਕੀ ਰਹੀ। ਪਰ ਸੰਨ 90 ਦੇ ਵਿੱਚ ਉਸ ਨਹਿਰ ਨੂੰ ਦੁਬਾਰਾ ਤੋਂ ਫਿਰ ਤੋਂ ਬਣਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲਣ ਲੱਗਾ ਤੇ ਪੰਜਾਬੀਆਂ ਨੇ ਕਿਹਾ ਇਹ ਨਹਿਰ ਸਾਡੇ ਦਿਲ ਨੂੰ ਚੀਰ ਕੇ ਬਣੇਗੀ, ਇਹ ਨਹਿਰ ਸਾਡੇ ਸੀਨੇ ਤੇ ਬਣੇਗੀ ਤੇ ਜਿਹੜੇ ਸਾਡੇ ਲੀਡਰ ਉਸ ਨਹਿਰ ਦਾ ਟੱਕ ਲਾਉਂਦੇ ਸਨ ਉਹਨਾਂ ਨੇ ਵੀ ਇਹ ਗੱਲ ਆਖ ਦਿੱਤੀ ਵੀ ਸਾਡੇ ਗੋਲੀਆਂ ਵੱਜਣਗੀਆਂ, ਅਸੀਂ ਛਾਤੀ ਤਾੜ ਕੇ ਖੜ ਜਾਵਾਂਗੇ ਜੇ ਨਹਿਰ ਬਣੀ। ਜੇ ਪੁੱਛਣ ਵਾਲਾ ਹੁੰਦਾ ਵੀ ਜਦੋਂ ਤੁਸੀਂ ਨਹਿਰ ਦੇ ਫਾਰਮ ਭਰੇ, ਪੈਸੇ ਲਏ, ਪੈਸੇ ਖਾਧੇ, ਉਦੋਂ ਕਿਉਂ ਨਾ ਇਸ ਨਹਿਰ ਦੇ ਕੰਮ ਨੂੰ ਰੋਕਿਆ, ਬਾਅਦ ਵਿੱਚ ਕਹਿ ਦਿੱਤਾ ਵੀ ਅਸੀਂ ਗੋਲੀਆਂ ਖੜੀਆਂ। ਇਹ ਮੁੱਦਾ ਬੜਾ ਭੜਕਿਆ ਅਖਬਾਰਾਂ ਦੇ ਅੰਦਰ ਆਇਆ। ਨਹਿਰ ਦਾ ਕੰਮ ਸ਼ੁਰੂ ਹੋਇਆ, ਜਦੋਂ ਨਹਿਰ ਦਾ ਕੰਮ ਸ਼ੁਰੂ ਹੋਇਆ ਨਾ ਬਸ ਸਿੱਖਾਂ ਨੇ ਮਤੇ ਪਕਾਉਣੇ ਸ਼ੁਰੂ ਕਰ ਦਿੱਤੇ। ਹਰ ਰੋਜ਼ ਇੱਕ ਗੁਰਮਤਾ ਪੱਕਦਾ, ਉਸ ਗੁਰਮਤੇ ਤੇ ਫਲਸਫੇ ਨੂੰ ਲਾਗੂ ਕੀਤਾ ਜਾਂਦਾ। ਸਿੱਖਾਂ ਨੇ ਇਕੱਠੇ ਹੋ ਕੇ ਗੁਰਮਤਾ ਪਕਾਇਆ ਵੀ ਆਪਾਂ ਇੱਕ ਸੈਂਟਰ ਗੌਰਮੈਂਟ ਨੂੰ ਚਿੱਠੀ ਲਿਖੀਏ, ਜਿਸ ਚਿੱਠੀ ਦੇ ਅੰਦਰ ਇਹ ਲਿਖੀਏ ਕਿ ਪੰਜਾਬ ਦਾ ਪਾਣੀ ਪਹਿਲਾਂ ਪੰਜਾਬ ਦੇ ਲੋਕਾਂ ਤੱਕ ਮੁਹੱਈਆ ਕਰਾਇਆ ਜਾਵੇ। ਜੇ ਬਚਦਾ ਹੈ ਪਾਣੀ ਫਿਰ ਦੂਜੀਆਂ ਸਟੇਟਾਂ ਲਿਜਾ ਸਕਦੀਆਂ ਨੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਪਹਿਲਾਂ ਪਾਣੀ ਸਾਨੂੰ ਵੀ ਦਿੱਤਾ ਦਿਓ। ਜਿਸ ਇਲਾਕੇ ਦੇ ਵਿੱਚੋਂ ਇਹ ਨਹਿਰ ਨਿਕਲਣੀ ਹੈ ਮੈਂ ਉਸ ਇਲਾਕੇ ਦੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ। ਇਹ ਨਹਿਰ ਰੋਪੜ ਤੇ ਪਟਿਆਲੇ ਇਲਾਕੇ ਦੇ ਵਿੱਚ ਦੀ ਹੋ ਕੇ ਜਾਣੀ ਹੈ। ਜੇ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ ਸਭ ਤੋਂ ਵੱਧ ਹੜਾਂ ਦੀ ਮਾਰ ਵੀ ਇਹਨਾਂ ਦੋ ਇਲਾਕਿਆਂ ਨੇ ਕਰੀ, ਪਟਿਆਲੇ ਤੇ ਰੋਪੜ ਨੇ। ਜਦੋਂ ਕਦੇ ਹੜ੍ਹ ਪਾਇਆ ਇਹ ਹੜ੍ਹ ਰੋਪੜ ਨੂੰ ਮਾਰ ਪਾ ਕੇ ਗਿਆ, ਕਿਉਂਕਿ ਸਤਲੁਜ ਚੜਿਆ ਉਸਨੇ ਰੋਪੜ ਸ਼ਹਿਰ ਤੱਕ ਡੁੱਬਣ ਦੀ ਗੱਲ ਕਰ ਦਿੱਤੀ ਤੇ ਕਦੇ ਪਟਿਆਲਾ ਡੁੱਬ ਗਿਆ। ਆਹ ਹੁਣ ਪਿੱਛੇ ਹੜ੍ਹ ਆਇਆ, 6 ਦਿਨ ਪਟਿਆਲੇ ਪਾਣੀ ਵੜਿਆ ਰਿਹਾ। ਅਰਬਨ ਸਟੇਟ ਸਭ ਤੋਂ ਸੁੰਦਰ ਸਿਟੀ ਪਟਿਆਲੇ ਦੀ ਅਖਵਾਈ ਜਾਂਦੀ ਹੈ, ਉਸ ਅਰਬਨ ਸਟੇਟ ਦੇ ਵਿੱਚ ਵੀ ਪਾਣੀ ਵੜ ਗਿਆ। ਪਰ ਉਹਨਾਂ ਲੋਕਾਂ ਨੂੰ ਇਹ ਪਾਣੀ ਯੂਜ਼ ਕਰਨ ਦੀ ਇਜਾਜ਼ਤ ਨਹੀਂ, ਉਹ ਪਾਣੀ ਆਪਣੇ ਖੇਤਾਂ ਨੂੰ ਨਹੀਂ ਦੇ ਸਕਦੇ। ਉਹ ਪਾਣੀ ਸਿੱਧਾ ਜਿਸ ਨਹਿਰ ਨਾਲ ਆਉਂਦਾ ਨਾ ਜਿੱਥੇ ਜਾਣਾ ਉੱਥੇ ਜਾਏਗਾ। ਜੇ ਉਹ ਕਿਤੇ ਪਾਣੀ ਭੁੱਲ ਭੁਲੇਖੇ ਜਾਂ ਚੋਰੀ ਲਾ ਵੀ ਲੈਣ ਦਾ ਉਹਨਾਂ ਦੇ ਪੰਪ ਚੁੱਕ ਲਏ ਜਾਂਦੇ ਨੇ, ਉਹਨਾਂ ਤੇ ਕੇਸ ਦਰਜ ਹੋ ਜਾਂਦਾ ਹੈ ਤੇ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਅੰਦਰ ਸੁੱਟ ਦਿੱਤਾ ਜਾਂਦਾ ਹੈ। ਅੱਜ ਹਾਲਾਤ ਇਹ ਬਣ ਗਏ ਇਹਨਾਂ ਦੋ ਜ਼ਿਲ੍ਹਿਆਂ ਦੇ ਕਿ ਇਹਨਾਂ ਦੋ ਜ਼ਿਲ੍ਹਿਆਂ ਦੇ ਅੰਦਰ
700-800 फुट डूंगे बोर किते जान लग पे क्योंकि धरती का पानी इना डूंगा हो चुका। अज किसान जिसने किसानी करनी है ना पंजाब की धरती से लखा रुपया ला के बोर करवाउंदा ते 2-2.5 साल बाद जदों तीजी बार वो जीरी लाउन लगता है वह बोर सुक जाता है जा वो बोर डूंगा करता है जा उस बोर नवी थां होर करवाउंदा क्योंकि धरती का पानी थलड़ा पानी मुकता जा रहा है ते जेड़ा पानी नहरां दा है वो उन्होंने यूज करने की इजाजत ही नहीं वो इस्तेमाल नहीं कर सकते। सिंघा ने मता पकाया कि असि ये गल सरकार तक रखिए पहला पानी सानू मिले साढ़े खेतों तक पहुंचे। रोपड़ जिले के अंदर इन्हीं नहरां ने कर तुसी कोई छोटा सूआ नहीं देखोगे छोटा सूआ जिहड़ा खेतों में जाता हो नहरां ने बड़ियां दरिया बगदा है सतलुज पर कोई छोटा सूआ नहीं देखोगे जिहड़ा खेतों में बगदा होवे क्यों क्योंकि उस जिले के लोग नहरां विच डुब के तो मर सकते ने पर वह पानी अपने खेतों में नहीं ला सकते। ਬਸ ਸਿੱਖਾਂ ਨੇ ਇਹ ਗੱਲਾਂ ਜਦੋਂ ਰੱਖੀਆਂ ਨਾ ਇੱਕ ਦੂਜੇ ਦੇ ਕੋਲ ਵੀ ਪਹਿਲਾਂ ਪਾਣੀ ਪੰਜਾਬ ਯੂਜ ਕਰੇ ਫਿਰ ਅਸੀਂ ਪਾਣੀ ਦੇਵਾਂਗੇ ਸਰਕਾਰ ਨੇ ਗੱਲ ਦਾ ਜਵਾਬ ਨਾ ਦਿੱਤਾ ਤੇ ਉਹਨਾਂ ਨੇ ਫਿਰ ਇੱਕ ਰੋਪਰੀ ਚਿੱਠੀ ਲਿਖੀ। ਚਿੱਠੀ ਦੇ ਅੰਦਰ ਕੀ ਕੁਝ ਲਿਖਿਆ ਉਹ ਦੱਸੇਗਾ ਤੁਹਾਨੂੰ ਢਾਡੀ ਜੱਤਾ। ਇੱਕ ਸਰਕਾਰ ਨੂੰ ਭਰੀ ਚਿੱਠੀ ਭਾਰਤ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਉਹ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਜਿਹੜੀ ਪੰਜਾਬ ਦਾ ਪਾਣੀ ਧੱਕੇ ਦੇ ਨਾਲ ਦਿੱਲੀ ਵੀ ਜਾਣਾ ਚਾਹੁੰਦੀ ਸੀ ਉਹਨੂੰ ਇੱਕ ਰੋਪਰੀ ਚਿੱਠੀ ਪੰਜਾਬ ਦੇ ਲੋਕਾਂ ਨੇ ਸਿੱਖ ਧਰਮ ਦੇ ਲੀਡਰਾਂ ਨੇ ਸਿੱਖ ਅਨੁਆਈਆਂ ਨੇ ਭਾਰਤੀ ਸੰਘਰਸ਼ ਦੇ ਅੰਦਰ ਲੜ ਰਹੇ ਲੋਕਾਂ ਨੇ ਭਾਰਤ ਸਰਕਾਰ ਨੂੰ ਦੇ thank you।
ਕੋਈ ਤੋਂ ਜੋ ਸ਼ੁਰੂ ਹੋ ਗਿਆ ਉਹ ਸਿਰੇ ਚੜੇਗਾ ਹਰ ਇੱਕ ਪੰਜਾਬੀ ਦੀ ਜਿੱਤ ਵਾਸਤੇ ਇੱਕ ਥਾਂ ਕੜੇਗਾ ਇੱਕ ਪੰਜਾਬੀ ਦੀ ਜਿੱਤ ਵਾਸਤੇ ਇੱਕ ਥਾਂ ਲੜੇਗਾ पिछे जे एक सिंगर का गीत रिलीज होया SYL उसने साफ तौर पर उस गल दसाया कि असी तुपका नहीं दें पानी का एक तुपका भी असी नहीं दे सकते क्योंकि सजे साड़ी लोड़ नहीं पूरी हुई जे इंसान को भुख लगी हो उसके घर राशन हो थोड़ा और राशन बना के पहला अपना ढिड भरेगा जब दूजे को दे देगा एक नूं लोड़ कोई नहीं ओ बिना लोड़ तो मंगता पिया है ते एक दे घर है पूरा पूरा उसकी पूर्ति नहीं हो रही किवें दे देगा नहीं दे सकता ते जदों चिट्ठी पहुंची ना इस चिट्ठी का जवाब सरकार ने कोई नहीं दिता पर एक चीफ इंजीनियर MS सेखरी कोई सिकरी कहना है पर असल ना जेड़ा लेटर ते उसके हस्ताक्षर द्वारा मिलया है वो मिलया ML सेखरी मोहन लाल सेखरी पर जेड़ा पंजाब दे अखबारा ने उस समय नाम छापे है वो सी MS सिकरी ते नाल ला दिता एक निगरान इंजीनियर पंजाबी अवतार सिंह औलख जिसने उस SYL का काम शुरू करवाया MS सेक्रेटरी आया 26 सेक्टर दे विच उसने दफ्तर लिया दफ्तर लैण तो बाद पंजाब दी धरती ते उसने SYL का काम शुरू करवा दिता लिया के बिहारी मजदूर उस SYL नूं टुटण वास्ते ला दिते भी बन नका तोड़ना है ते नका तोड़ के पानी नहर दे अंदरों चालू कर देना नहर पूरी बन चुकी सी केवल ते केवल नका तोड़ना ही बाकी सी ते पूरी तैयारी हो गई हुण MS सेखरी नूं सुनेह भेजे गए काम रोक दे ओह कहिंदा मेरी मौत हुंदी हो जावे पर मैं काम नहीं रोकणा मैनूं सरकार ने जिम्मेवारी दित्ती है ओह कहिंदा तू अस्तीफा दे के चला जा ओह कहिंदा मैं अस्तीफा नहीं देना कहना तू बदली करवा लै वो कहना मैं बदली भी नहीं करवानी मैं ये काम सिरे चढ़ाना चाहे मेरी मौत ही क्यों ना हो बड़े सनेह भेजे पर उसका जवाब हर एक बार अखबार के अंदर यही होता उसने मजदूर ला दते लगे हुए मजदूर ने ते एडर सिख पंथ ने फिर मता पकाया भाई सुखदेव सिंह बब्बर की अगवाई दे विच पूरे कारकू सिंह कट्ठे होए ते कारकू सिंह ने अपनी अपनी गल सुखदेव सिंह बब्बर दे कोल रखी ते कारकू सिंह ने यह मता पकाया जे सरकार इस SYL नहीं रोकती ना फिर अपा SYL का कम करने वाले गड्डी चढ़ गया भाई सुखदेव सिंह बब्बर कह लगा डरा के देख लो धमका के देख लो ओ कहिंदे कोई गल नहीं डराया ने धमका ने सिंह कट्टे होके गए बिहारी लगे हुए ने उन्होंने बिहारियों नूं कहा भी असीं तुहानूं मारना नहीं चाहुंदे अपने अपने घरां नूं वापस चला जाओ एक काम इत्थे बंद कर दिओ ते ओ सिंह तां चले गए पिछों सरकार दे नुमाइंदे आए
ਉਹ ਆ ਕੇ ਉਹਨਾਂ ਵਿਹਾਰੀਆਂ ਨੂੰ ਕਹਿਣ ਲੱਗੇ ਤੁਹਾਨੂੰ ਮਿਲਦਾ ਸੀ 150 ਹੁਣ ਮਿਲੇਗਾ 300 ਜਿੰਨੀ ਜਲਦੀ ਹੋ ਸਕਦਾ ਹੈ ਕੰਮ ਪੂਰਾ ਕਰ ਦਿਓ ਉਹ ਕਹਿੰਦੇ ਜੀ ਮੌਤ ਦੀ ਧਮਕੀ ਦੇ ਕੇ ਗਏ ਉਹ ਕਹਿੰਦਾ ਕੋਈ ਤੁਹਾਨੂੰ ਮਾਰ ਨਹੀਂ ਹੁੰਦਾ ਪੈਸੇ ਤੁਹਾਨੂੰ ਡਬਲ ਮਿਲਦੇ ਪਏ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਡਬਲ ਮਿਲਦੇ ਨੇ ਫਿਰ ਲਓ ਜੀ ਕੰਮ ਅਸੀਂ ਸ਼ੁਰੂ ਕਰ ਦਿੰਦੇ ਹਾਂ ਰੋਕੇ ਵੀ ਨਾ ਰੁਕੇ ਤੇ ਫਿਰ ਸਿੱਖ ਪੰਥ ਇਕੱਠਾ ਹੋਇਆ ਸੁਖਦੇਵ ਸਿੰਘ ਬੱਬਰ ਨੇ ਸਾਰੇ ਖਾੜਕੂ ਸਿੰਘਾਂ ਨੂੰ ਇਕੱਠਿਆ ਕੀਤਾ ਕਿਹਾ ਭਾਈ ਹੁਣ ਇਹ ਡਰਾਇਆ ਨਹੀਂ ਮੰਨਦੇ ਇਹ ਧਮਕਾਇਆ ਨਹੀਂ ਮੰਨਦੇ ਇਹ ਸਮਝਾਇਆ ਵੀ ਨਹੀਂ ਮੰਨਦੇ ਇਹਨਾਂ ਨੂੰ ਸਮਝਾ ਵੀ ਲਿਆ ਧਮਕਾ ਵੀ ਲਿਆ ਡਰਾ ਵੀ ਲਿਆ ਅਸੀਂ ਤਿੰਨੇ ਕੰਮ ਕਰਕੇ ਦੇਖ ਲਏ ਇਹ ਨਹੀਂ ਮੰਨਦੇ ਹੁਣ ਕੀ ਕਰਨਾ ਚਾਹੀਦਾ ਹੈ ਤੇ ਫਿਰ ਇੱਕ ਨੌਜਵਾਨ ਗੱਭਰੂ ਉੱਠਿਆ ਉੱਠ ਕੇ ਜਕਾਰਾ ਛੱਡਿਆ ਨਾਲੇ ਉਸ ਨਾਲ ਬਲਵਿੰਦਰ ਸਿੰਘ ਜਕਾਰਾ ਉਹ ਸੁਖਦੇਵ ਸਿੰਘ ਬੱਬਰ ਨੂੰ ਕਹਿਣ ਲੱਗਿਆ ਕਹਿੰਦਾ ਇਹ ਜ਼ਿੰਮੇਵਾਰੀ ਮੈਨੂੰ ਦਿਓ ਹੁਣ ਮੈਂ ਬੰਦ ਕਰਕੇ ਆਵਾਂਗਾ ਇਸ ਕੰਮ ਨੂੰ ਤੇ ਮੇਰੇ ਕੀਤੇ ਬੰਦ ਕੰਮ ਨੂੰ ਸ਼ੁਰੂ ਕਰਕੇ ਦੇਖ ਲੈ ਤੇ ਨਾਲ ਤਿੰਨ ਸੂਰਮੇ ਹੋਰ ਖੜੇ ਹੋਏ ਨਾਲ ਖੜਾ ਹੋਇਆ ਭਾਈ ਜਗਤਾਰ ਸਿੰਘ ਪਜੋੜਾ ਨਾਲ ਖੜਾ ਹੋਇਆ ਭਾਈ ਹਰਮੀਤ ਸਿੰਘ ਪਾਉਬਾੜ ਨਾਲ ਖੜਾ ਹੋਇਆ ਭਾਈ ਬਲਵੀਰ ਸਿੰਘ ਫੌਜੀ ਨਗਰ ਮਗਰੋੜ ਦਾ ਰਹਿਣ ਵਾਲਾ ਇਹ ਚਾਰੋ ਸਿੰਘ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇਹਨਾਂ ਨੇ ਕਿਹਾ ਸੁਖਦੇਵ ਸਿੰਘ ਬੱਬਰ ਨੂੰ ਉਹ ਕਹਿੰਦੇ ਅਸੀਂ ਜਾਵਾਂਗੇ ਇਹ ਕੰਮ ਬੰਦ ਕਰਾ ਕੇ ਆਵਾਂਗੇ ਤੇ ਸਾਡੇ ਕੀਤੇ ਬੰਦ ਕੰਮ ਨੂੰ ਕੋਈ ਖੋਲ ਕੇ ਦੇਖੇ ਭਾਈ ਨਾ ਚਾਰਾਂ ਨੇ ਚੁੱਕੀ ਜ਼ਿੰਮੇਵਾਰੀ ਤੇ ਪਹੁੰਚ ਕੇ ਜਿੱਥੇ ਨਹਿਰ ਦਾ ਟੱਕ ਦਾ ਕੰਮ ਸ਼ੁਰੂ ਹੋਇਆ ਸੀ ਇਹਨਾਂ ਨੇ ਜਾ ਕੇ ਉੱਥੇ ਬੈਠੇ ਬਿਹਾਰੀ ਮਜ਼ਦੂਰਾਂ ਨੂੰ ਕਿਹਾ ਉਹ ਕਹਿੰਦਾ ਜੇ ਜਾਣਾ ਤਾਂ ਚਲੇ ਜਾਓ ਛੱਡ ਦਿਓ ਖਾਲੀ ਕਰ ਦਿਓ ਇਹ ਨਹਿਰ ਤੇ ਅੱਜ ਤੋਂ ਬਾਅਦ ਕੰਮ ਤੇ ਨਾ ਆਇਓ ਤੁਹਾਨੂੰ ਕੋਈ ਰੋਕੇਗਾ ਨਹੀਂ ਕੋਈ ਟੋਕੇਗਾ ਨਹੀਂ ਤੁਹਾਨੂੰ ਕੋਈ ਮਾਰੇਗਾ ਨਹੀਂ ਜੇ ਕਦੇ ਪੁਲਿਸ ਕੰਟਰੈਕਟ ਕਰਨ ਵੀ ਆਵੇ ਅਸੀਂ ਬੈਠੇ ਹਾਂ ਅਸੀਂ ਤੁਹਾਡੀ ਜ਼ਿੰਮੇਵਾਰੀ ਲੈਂਦੇ ਹਾਂ ਅਸੀਂ ਤੁਹਾਨੂੰ ਸੁਰੱਖਿਅਤ ਤੁਹਾਡੇ ਘਰ ਪਹੁੰਚਾਵਾਂਗੇ ਪਰ ਉਹ ਮਜ਼ਦੂਰਾਂ ਨੂੰ ਪੰਪ ਹੀ ਬੜਾ ਸੀ ਸਰਕਾਰ ਦਾ ਵੀ ਮਾਰਦੇ ਨਹੀਂ ਉਹ ਕਹਿੰਦੇ ਪਹਿਲਾਂ ਮਿਲਦਾ ਸੀ 150 ਫਿਰ ਮਿਲਣ ਲੱਗਿਆ 300 ਹੁਣ ਮਿਲਦਾ 500 ਅਸੀਂ ਕਿਵੇਂ ਕੰਮ ਬੰਦ ਕਰ ਦਈਏ ਅਸੀਂ ਨਹੀਂ ਕਰਨਾ ਆਪਣੇ ਆਪਣੇ ਜਲ ਕੋ ਜਾਓ ਤੁਮ ਲੋਕ ਪਰ ਇੰਨੀ ਗੱਲ ਸੁਣੀ ਜਦੋਂ ਪਰਵਿੰਦਰ ਸਿੰਘ ਜਟਾਣੇ ਨੇ ਔਰ ਜਿੰਨੇ ਮਜ਼ਦੂਰ ਉੱਥੇ ਕੰਮ ਕਰਦੇ ਸੀ ਉਹਨੇ ਸਾਰਿਆਂ ਨੂੰ ਗੱਡੀ ਚਾੜ ਦਿੱਤਾ ਤੇ ਚਾੜ ਕੇ ਗੱਡੀ ਉੱਥੇ ਡੇਕਾ ਲਾ ਦਿੱਤੀਆਂ ਤੇ ਇੱਕ ਪਰਚਾ ਲਾਇਆ ਵੀ ਜੇ ਕਿਸੇ 'ਚ ਹਿੰਮਤ ਹੈ ਆ ਮੇਰੀਆਂ ਲਾਈਆਂ ਹੋਈਆਂ ਡੇਕਾ ਕੋਈ ਪੁੱਟ ਕੇ ਦਿਖਾ ਬਾ ਹਿੰਮਤ ਕਿਸੇ 'ਚ ਨਾ ਪਵੇ ਪਰ ਡੇਕਾ ਪੁੱਟਣ ਦੀ ਪਤਾ ਸੀ 40 ਮਜ਼ਦੂਰ ਏਸੀ ਨਹਿਰ ਨੇ ਖਾਲੇ ਬਾ ਫਿਰ ਵੀ ਸੀ MS ਸਿਕਰੀ ਨੇ ਅਖਬਾਰਾਂ ਦੇ ਅੰਦਰ ਕੜਾ ਦਿੱਤਾ ਨਹਿਰ ਦਾ ਕੰਮ ਰੁਕੇਗਾ ਨਹੀਂ ਇਹ ਕੰਮ ਚਲੇਗਾ ਤੇ ਇਸ ਕੰਮ ਨੂੰ ਹੁਣ MS ਸਿਕਰੀ ਆਪਣੀਆਂ ਅੱਖਾਂ ਦੇ ਸਾਹਮਣੇ ਕੁਰਸੀ ਡਾ ਕੇ ਸਾਹਮਣੇ ਬੈਠ ਕੇ ਚਲਾਏਗਾ ਉਹਨੇ ਨਾਲ ਲਿਆ ਅਵਤਾਰ ਸਿੰਘ ਔਰਖ ਨੂੰ ਜਨਵਰੀ 1990 ਦੇ ਵਿੱਚ ਇੱਕ ਮੀਟਿੰਗ ਰੱਖੀ ਗਈ 26 ਸੈਕਟਰ ਚੰਡੀਗੜ੍ਹ ਦੇ ਵਿੱਚ ਜਿਸ ਮੀਟਿੰਗ ਦੇ ਅੰਦਰ ਇਸ SYL ਨੂੰ ਚਲਾਉਣ ਦੀ ਪੂਰੀ ਰਣਨੀਤੀ ਬਣਾਉਣੀ ਸੀ ਸੁਖਦੇਵ ਸਿੰਘ ਬੱਬਰ ਹਾਜ਼ਰ ਹੋਏ ਉਹਨਾਂ ਨੇ ਇਹਨਾਂ ਚਾਰੇ ਸਿੰਘਾਂ ਨੂੰ ਬੁਲਾਇਆ ਵੀ ਭਾਈ ਤੁਸੀਂ ਜ਼ਿੰਮੇਵਾਰੀ ਚੁੱਕੀ ਸੀ ਹੁਣ ਦੱਸੋ ਕੀ ਕਰਨਾ ਹੈ ਉਹ ਕਹਿੰਦੇ ਕਰਨਾ ਕਰਾਉਣਾ ਕੁਝ ਨਹੀਂ ਬਸ ਇਸ ਸਿਕਰੀ ਦੀ ਮੌਤ ਵਾਜਾ ਮਾਰਦੀ ਹੈ ਇਹਨੂੰ ਬੜੇ ਸਨੇਹ ਭੇਜਣੇ ਬਾ ਹੁਣ ਇਹਨੂੰ ਨਰਕਾਂ ਦਾ ਰਾਹ ਦਿਖਾਉਣਾ ਹੈ ਜੇ ਇਹ ਨਾ ਮੰਨਿਆ MS ਸਿਕਰੀ ਨੇ ਬੜੇ ਜ਼ੋਰਾਂ ਤੇ ਸ਼ੋਰਾਂ ਦੇ ਨਾਲ ਇਹ ਐਲਾਨ ਕੀਤਾ ਵੀ 26 ਸੈਕਟਰ ਮੀਟਿੰਗ ਕਰਕੇ ਮੈਂ ਦੂਜੇ ਦਿਨ ਹੀ ਕੰਮ ਸ਼ੁਰੂ ਕਰ ਦੇਣਾ ਇੱਧਰ ਇਹਨੇ ਮੀਟਿੰਗ ਰੱਖੀ ਇੱਧਰ ਸਿੰਘਾਂ ਨੇ ਮਤਲਬ ਪਕਾ ਲਿਆ ਵੀ ਜੇ ਮੀਟਿੰਗ ਦੇ ਅੰਦਰ ਬੈਠਿਆ ਮੀਟਿੰਗ ਦੇ ਵਿੱਚ ਬੈਠੇ ਹੀ ਇਸ ਨੂੰ ਨਾ ਉਡਾਇਆ ਤਾਂ ਅਸੀਂ ਵੀ ਕਲਗੀਧਰ ਪਿਤਾ ਦੇ ਸਿੰਘ ਨੇ ਤੇ ਸੁਖਦੇਵ ਸਿੰਘ ਬੱਬਰ ਨਗਰ ਪਿੰਡ ਪਜੋਲੇ ਆ ਚੁੱਕਾ ਹੈ ਤੇ ਇਹ ਚਾਰੇ ਸਿੰਘ ਨਗਰ ਪਿੰਡ ਪਜੋਲੇ ਪਹੁੰਚ ਚੁੱਕੇ ਨੇ ਹੁਣ ਤੁਸੀਂ ਕਹੋਗੇ ਇੰਨੀ ਜਾਣਕਾਰੀ ਤੁਹਾਨੂੰ ਕਿੱਥੇ ਮਿਲੀ ਮੇਰਾ ਆਪਣਾ ਨਗਰ ਪਿੰਡ ਪਜੋਲਾ ਹੈ ਤੇ ਜਿਸ ਦਿਨ ਭਾਈ ਸੁਖਦੇਵ ਸਿੰਘ ਬੱਬਰ ਸਾਡੇ ਪਿੰਡ ਆਇਆ ਸੀ ਨਾ ਉਸ ਦਿਨ ਮੈਂ ਭਾਈ ਸੁਖਦੇਵ ਸਿੰਘ ਬੱਬਰ ਦੇ ਦਰਸ਼ਨ ਕੀਤੇ ਸੁਖਦੇਵ ਸਿੰਘ ਬੱਬਰ ਪਹੁੰਚ ਚੁੱਕਾ ਹੈ ਪਿੰਡ ਉਹ ਮੰਡੀ ਉਡਾਈ ਮੰਡੀ ਦੇ ਉੱਤੇ ਬੈਠਾ ਹੈ ਤੇ ਚਾਰੇ ਸਿੰਘ ਪਹੁੰਚੇ ਸੁਖਦੇਵ ਸਿੰਘ ਬੱਬਰ ਦੇ ਕੋਲ ਕਹਿੰਦੇ ਖਾਲਸਾ ਜੀ ਕੀ ਐਲਾਨ ਉਹ ਕਹਿੰਦਾ ਜੋ ਐਲਾਨ ਤੁਸੀਂ ਕਰ ਦਿੱਤਾ ਹੁਣ ਉਸਦੇ
बलविंदर सिंह जकाना की अगवाई है भाई जगतार सिंह पजोड़ा हरवीर सिंह पाहुवाल बलवीर सिंह फौजी मगरोड़ा नाल ने यह चारे सिंह लेके हथियार अवतार सिंह औरत नू सबक सिखाउण वास्ते पिंड पंजोले तो तुर पे ते पहुंच गए 26 सेक्टर 26 सेक्टर एक सेवादार है सेवादार का नाम है भोला प्रसाद लोग नू भोला भोला कह के पुकारदे ने जदों सिंह पहुंचे ना अंदर बढ़ लगे यह भोला प्रसाद होया अगे नू अगे नू होके सिंह नू कहण लगा कहिंदा किधर मूंह चुकिया कहते अच्छा तू दिखाने भी असि किधर मूह चुकया इन्होंने लाइया जो कमरिया ने दिखाइया एक संतालिया भोला भोला ही बन गया पता ही नहीं लग्या चढ़े पौड़िया पौड़िया चाके अगे सामने बैठा सामने कुर्सी बिलकुल चेयरमैन की कुर्सी पे बैठा है एम एस सिकरी इकड़ तुकड़ उस मीटिंग गल वास्ते बैठे ने इन्होंने मारे दरवाजे से लत दरवाजा खोल के एम एस सिकरी ने कहा दस भाई खींची तैयारी ला के एक संताली एम एस सिकरी वाल करके सामने गोलियां एम एस सिकरी मौत दे रहा है Thank you.
ਫੇਰ ਕੀ ਸੀ ਐਮਐਸ ਸਿੱਖਰੀ ਪਾਇਆ ਲੰਮਾ ਤੇ ਨਾਲ ਅਵਤਾਰ ਸਿੰਘ ਔਲਖ ਖੜਾ ਹੋਇਆ ਬਸ ਸਿੰਘਾਂ ਨੇ ਉਹਨੂੰ ਵੀ ਉਹਦੀ ਕਰਨੀ ਦਾ ਫੜ ਦੇ ਦਿੱਤਾ ਤੇ ਜਕਾਰੇ ਛੱਡੇ ਚੰਡੀਗੜ੍ਹ ਦੇ ਵਿੱਚ ਛੱਡ ਕੇ ਜਕਾਰੇ ਤੇ ਸਿੰਘ ਆ ਗਏ ਨੇ ਫੇਰ ਉੱਥੀ ਸਥਾਨ ਤੇ ਜਿੱਥੇ ਭਾਈ ਸੁਖਦੇਵ ਸਿੰਘ ਬੱਬਰ ਇਹਨਾਂ ਸਿੰਘਾਂ ਦੀ ਕੀਤ ਕਰਦਾ ਪਿਆ ਸੁਖਦੇਵ ਸਿੰਘ ਬੱਬਰ ਨੂੰ ਦੱਸਿਆ ਵੀ ਅਸੀਂ ਸਮਝਾਉਣ ਦੀ ਕੀਤੀ ਬੜੀ ਕੋਸ਼ਿਸ਼ ਪਰ ਨਾ ਮੰਨਿਆ ਤੇ ਅਸੀਂ ਹੁਣ ਸਿੱਕਰੀ ਦੀ ਸਿੱਕਰੀ ਲਾ ਕੇ ਆਏ ਧੰਨਵਾਦ ਕੀਤਾ ਗੁਰੂ ਸਾਹਿਬ ਦਾ ਹੁਣ ਮੈਂ ਦੱਸਣਾ ਚਾਹੁੰਦਾ ਇਹ ਸਿੰਘ ਕੌਣ ਨੇ ਕਾਰਨਾਮੇ ਬੜੇ ਕਰਨੇ ਔਖੇ ਹੋ ਜਾਂਦੇ ਨੇ ਪਰ ਇਹ ਜਜ਼ਬਾ ਕਿੱਥੋਂ ਪੈਦਾ ਹੁੰਦਾ ਹੈ ਕੋਈ ਮਾਂ ਕੁੱਖ ਤੋਂ ਖਾੜਕੂ ਸਿੰਘ ਨਹੀਂ ਜੰਮਦੇ ਹਥਿਆਰ ਕੋਈ ਜਨਮ ਤੋਂ ਨਾਲ ਲੈ ਕੇ ਨਹੀਂ ਪੈਂਦਾ ਮਾਫ਼ ਕਰਨਾ ਜੇ ਤੁਸੀਂ ਸਾਨੂੰ ਕਹੋ ਨਾ ਵੀ ਅਸੀਂ ਹਥਿਆਰ ਜਨਮ ਤੋਂ ਹੀ ਰੱਖ ਲਏ ਨਹੀਂ ਹਥਿਆਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਪਰ ਚਲਾਉਣੇ ਸਾਨੂੰ ਮਜਬੂਰੀਆਂ ਬਸ ਪਏ ਅਸੀਂ ਇਹ ਹਥਿਆਰ ਮਜਬੂਰੀ ਬਸ ਚਲਾਏ ਜਦੋਂ ਪਾਣੀ ਸਿਰ ਤੋਂ ਟੱਪ ਜਾਏ ਫਿਰ ਇੱਕੋ ਇੱਕ ਰਾਹ ਦਿਖਦਾ ਉਹ ਰਾਹ ਹੀ ਹਥਿਆਰ ਹੁੰਦਾ ਬਲਵਿੰਦਰ ਸਿੰਘ ਜਟਾਣਾ ਇਹ ਪੜ੍ਹਦਾ ਸੀ ਕਾਲਜ ਦੇ ਅੰਦਰ ਜਦੋਂ ਪੜ੍ਹਦਾ ਸੀ ਨਾ ਪੂਰਾ ਨੌਜਵਾਨ ਸੀ ਅੰਮ੍ਰਿਤਧਾਰੀ ਗੁਰਸਿੱਖ ਸੀ ਇਹ ਬਾਣੀ ਪੜ੍ਹਦਾ ਸੀ ਬਾਣੀ ਬਾਣੇ ਵਾਲਾ ਸੀ ਤੇ ਇਹਨੂੰ ਅਕਸਰ ਪੁਲਿਸ ਵਾਲੇ ਆਉਂਦੇ ਜਾਂਦੇ ਨੂੰ ਘੇਰ ਲਿਆ ਕਰਦੇ ਸੀ ਇੱਕ ਦਿਨ ਕਾਲਜ ਦੇ ਵਿੱਚ ਮੁੰਡਿਆਂ ਨੇ ਹਰ ਸਾਲ ਹੁੰਦੇ ਅਖੰਡ ਪਾਠ ਦੇ ਲਈ ਮਤਾ ਪਰ ਕਾਲਜ ਦਾ ਪ੍ਰਿੰਸੀਪਲ ਕਹਿਣ ਲੱਗਿਆ ਵੀ ਮੈਂ ਖੰਡ ਪਾਠ ਕਾਲਜ ਦੇ ਅੰਦਰ ਨਹੀਂ ਹੋਣ ਦੇਣਾ ਇਹ ਕਹਿੰਦੇ ਹਰ ਸਾਲ ਖੰਡ ਪਾਠ ਹੁੰਦਾ ਹਰ ਸਾਲ ਪਾਠ ਕਰਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾਂਦਾ ਤੇ ਤੂੰ ਇਹ ਗੱਲ ਕਿਉਂ ਕਹਿੰਦਾ ਵੀ ਖੰਡ ਪਾਠ ਨਹੀਂ ਹੋਣ ਦੇਣਾ ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਾਲਜ ਦੇ ਅੰਦਰ ਨਹੀਂ ਹੋਣ ਦੇਣਾ ਇਹ ਕਹਿੰਦੇ ਕੋਈ ਗੱਲ ਨਹੀਂ ਹੁਣ ਤੂੰ ਰੋਕ ਕੇ ਦਿਖਾਈ ਤੇ ਅਸੀਂ ਕਰਨਾ ਹੀ ਕਰਨਾ ਪੁਲਿਸ ਵਾਲਿਆਂ ਨੇ ਭਾਈ ਬਰਵਿੰਦਰ ਸਿੰਘ ਜਟਾਣੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਛੱਡ ਦਿੱਤਾ ਗਿਆ ਆਖਿਰਕਾਰ ਇਹਨਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਅਖੰਡ ਪਾਠ ਕਰਵਾਇਆ ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਦਰਸ਼ਨ ਸਿੰਘ ਨੂੰ ਕਾਲਜ ਦੇ ਅੰਦਰ ਬੁਲਾਇਆ ਉਸ ਤੋਂ ਕਥਾ ਕਰਵਾਈ ਤੇ ਖਾੜਕੂ ਸਿੰਘਾਂ ਨੇ ਉਸ ਸਮੇਂ ਕਾਲਜ ਦੇ ਅੰਦਰ ਆਪਣੇ ਲੈਕਚਰ ਦੇ ਕੇ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੁਚੇਤ ਕੀਤਾ ਫਿਰ ਕੀ ਸੀ ਜਦੋਂ ਪੁਲਿਸ ਨੂੰ ਪਤਾ ਲੱਗਾ ਵੀ ਸਿੰਘ ਪਾਠ ਵੀ ਕਰਾ ਗਏ ਜਥੇਦਾਰ ਨੂੰ ਵੀ ਬੁਲਾ ਗਏ ਖਾੜਕੂ ਸਿੰਘ ਵੀ ਫੇਰਾ ਪਾ ਗਏ ਫਿਰ ਕੀ ਸੀ ਉਹਨਾਂ ਦੇ ਸੱਤੇ ਪੈਰੀ ਅੱਗ ਲੱਗ ਗਈ ਹੁਣ ਪੁਲਿਸ ਨੇ ਬਲਵਿੰਦਰ ਸਿੰਘ ਜਟਾਣੇ ਨੂੰ ਚੁੱਕਿਆ ਚੁੱਕ ਕੇ ਜੇਲ੍ਹ ਦੇ ਅੰਦਰ ਸੁੱਟ ਦਿੱਤਾ ਥੋੜੇ ਦਿਨ ਪ੍ਰਸ਼ਨ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਢਾਇਆ ਪਰ ਪਿੰਡ ਮਿਹਰਬਾਨ ਹੋਇਆ ਪਿੰਡ ਦੇ ਸੱਜਣ ਇਲਾਕੇ ਦੇ ਸੱਜਣ ਇਕੱਠੇ ਹੋ ਕੇ ਗਏ ਤੇ ਕਿਹਾ ਬਲਵਿੰਦਰ ਸਿੰਘ ਜਟਾਣਾ ਬੇਕਸੂਰ ਹੈ ਇਸਨੇ ਕਿਸੇ ਦਾ ਕਤਲ ਤਾਂ ਨਹੀਂ ਕੀਤਾ ਉਹ ਖੰਡ ਪਾਠ ਕਰਾਉਣਾ ਕੋਈ ਗੁਨਾਹ ਹੈ ਜਥੇਦਾਰ ਸਿੰਘ ਸਾਹਿਬ ਨੂੰ ਬੁਲਾਉਣਾ ਕੋਈ ਗੁਨਾਹ ਹੈ ਜੇ ਆ ਕੇ ਪੰਥ ਦੇ ਲੀਡਰ ਨੌਜਵਾਨਾਂ ਨੂੰ ਸੁਚੇਤ ਕਰ ਜਾਣ ਕੀ ਇਹ ਗੁਨਾਹ ਹੈ ਕਹਿੰਦੇ ਗੁਨਾਹ ਤਾਂ ਕੋਈ ਨਹੀਂ ਕਹਿੰਦੇ ਫਿਰ ਛੱਡ ਕੇ ਛੱਡ ਦਿਓ ਬਲਵਿੰਦਰ ਸਿੰਘ ਪਰ ਇੱਕ ਕਾਲੀ ਸੂਚੀ ਦੇ ਅੰਦਰ ਨਾਂ ਆ ਗਿਆ ਵੀ ਜਦੋਂ ਕਦੇ ਵੀ ਕਿਤੇ ਕੋਈ ਘਟਨਾ ਵਾਪਰਨੀ ਨਾ ਬਲਵਿੰਦਰ ਸਿੰਘ ਜਟਾਣਾ ਚੱਕ ਕੇ ਆ ਦੇ ਇੱਕ ਦਿਨ ਆਪਣੇ ਬਾਪੂ ਨੂੰ ਕਹਿਣ ਲੱਗਾ ਬਾਪੂ ਕਹਿੰਦਾ ਕੀਤਾ ਵੀ ਕੁਝ ਨਹੀਂ ਕੁੱਟ ਵੀ ਖਾ ਲਈ ਤੇ ਹੁਣ ਥੋੜੇ ਦਿਨਾਂ ਬਾਅਦ ਜੇਲ੍ਹ ਦੇ ਦਰਸ਼ਨ ਕਰੇ ਆਉਂਦੇ ਹਾਂ ਕਿਉਂ ਨਾ ਕੁਝ ਕਰਕੇ ਮਰ ਜਾਈਏ ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਕੋਈ ਮਾਰ ਦੇਣਾ ਜਿਸ ਦਿਨ ਇਹਨਾਂ ਦਾ ਬੱਸ ਚੱਲਿਆ ਇਹਨਾਂ ਨੇ ਬਣਾ ਕੇ ਨਕਲੀ ਮੁਕਾਬਲਾ ਸਾਨੂੰ ਕਰ ਦੇਣਾ ਖਤਮ ਉਹਨਾਂ ਹੁਣ ਕੌਮ ਵਾਸਤੇ ਜਾਂਦੇ ਜਾਂਦੇ ਕੁਝ ਕਰ ਹੀ ਲਈਏ ਕਹਿੰਦਾ ਬਾਪੂ ਹੁਣ ਮੈਂ ਘਰ ਨਹੀਂ ਵੜਦਾ ਬਸ ਮੇਰੀ ਆਖਰੀ ਫਤਿਹ ਤੈਨੂੰ ਹੁਣ ਮੈਂ ਘਰ ਨਹੀਂ ਵੜਦਾ ਹੁਣ ਮੈਂ ਆਪਣੀ ਜਿੰਦ ਜਾਨ ਕੌਮ ਦੇ ਲਿਖੇ ਰਹੂੰ ਇਹਨਾਂ ਦੇ ਹੱਥ ਥੋੜੇ ਬਣਾ ਦੇਣੀ ਹੈ ਵੀ ਰਜਾਈ ਮਾਰਤਾ ਜਾਂਦੇ ਆਉਂਦੇ ਜੀਪ ਦੇ ਅੰਦਰ ਬਿਠਾ ਲਿਆ ਜਿੱਥੇ ਇਹਨਾਂ ਨੇ ਬੱਸ ਚੱਲਿਆ ਨਹਿਰ ਦੇ ਕੰਢੇ ਗੋਲੀ ਮਾਰੀ ਤੇ ਕਹਿ ਦਿੱਤਾ ਚੋਟੀ ਦਾ ਖਾੜਕੂ ਸਿੰਘ ਮਰ ਗਿਆ
ਕਹਿੰਦਾ ਮੈਂ ਹੁਣ ਆਏ ਨਹੀਂ ਮਰਨਾ ਚਾਹੁੰਦਾ ਮੈਂ ਸੱਚਮੁੱਚ ਚੋਟੀ ਦਾ ਖੰਡੂ ਸਿੰਘ ਬਣ ਕੇ ਮਰਨਾ ਚਾਹੁੰਦਾ ਬਾਪੂ ਕਹਿੰਦਾ ਪੁੱਤਰਾ ਰਾਹ ਬੜਾ ਔਖਾ ਹੀ ਉਹ ਕਹਿੰਦਾ ਬਾਪੂ ਕੋਈ ਗੱਲ ਨਹੀਂ ਔਖੇ ਰਾਹ ਨੂੰ ਸੌਖਾ ਬਣਾਉਣਾ ਹੀ ਸਿੱਖਾਂ ਦਾ ਕੰਮ ਹੈ ਇਹ ਜਿਹੜਾ ਰਾਹ ਔਖਾ ਹੈ ਨਾ ਦੇਖਦਾ ਜਾਈ ਤੇਰਾ ਪੁੱਤ ਇਹਨੂੰ ਸੌਖਾ ਬਣਾ ਦੇਗਾ ਦੂਜਾ ਸਿੰਘ ਸੀ ਭਾਈ ਜਗਤਾਰ ਸਿੰਘ ਪੰਜੋਲਾ ਬੜੇ ਸਿੰਘ ਜਾਣਦੇ ਹੋਣਗੇ ਜਗਤਾਰ ਸਿੰਘ ਪੰਜੋਲਾ ਪੂਰਾ ਪਰਿਵਾਰ ਗੁਰਸਿੱਖੀ ਦਾ ਧਾਰੀ ਸੀ ਉਹਨਾਂ ਦੇ ਪਿਤਾ ਬਾਈ ਜੀ ਮਲਕੀਤ ਸਿੰਘ ਜੀ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਸਨ ਹਰ ਵੇਲੇ ਨਿਤਨੇਮ ਕਰਨਾ ਮਾਤਾ ਮਲਕੀਤ ਕੌਰ ਹਰ ਵੇਲੇ ਗੁਰਬਾਣੀ ਦੇ ਜਾਪ ਕਰਨੇ ਭਰਾ ਸਰਦਾਰ ਭੁਪਿੰਦਰ ਸਿੰਘ ਉਹ ਵੀ ਹਰ ਵੇਲੇ ਪਾਠ ਕਰਦਾ ਰਹਿੰਦਾ ਸੀ ਇੱਕ ਭਰਾ ਨਰਿੰਦਰ ਪਾਲ ਸਿੰਘ ਜਿਸ ਨੂੰ ਐਨ ਪੀ ਕਹਿੰਦੇ ਸਨ ਉਹ ਟਰੱਕ ਤੇ ਡਰਾਈਵਰ ਸੀ ਬਹੁਤ ਵੱਡਾ ਜੁੱਦਾ ਕੇਸ ਐਡੇ ਵੱਡੇ ਸਨ ਕਿ ਉਹ ਜੂੜਾ ਇਕੱਲਾ ਹੀ ਸਿਰ ਤੇ ਚੌਂਕਦਾ ਸੀ ਭਾਈ ਜਗਤਾਰ ਸਿੰਘ ਪੰਜੋਲੇ ਦੇ ਉਹ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ ਇੱਕ ਦਿਨ ਖੇਡਣ ਗਿਆ ਪੁਲਿਸ ਵਾਲਿਆਂ ਨੇ ਰਾਸਤੇ 'ਚ ਘੇਰ ਲਿਆ ਖੇਡਣ ਲੱਗਿਆ ਉਸਦੇ ਸਿਰ ਤੇ ਚਿੱਟਾ ਰੁਮਾਲ ਬੰਨਿਆ ਹੋਇਆ ਸੀ ਕਿਉਂਕਿ ਖੇਡਦੇ ਉਹ ਪਰਨਾ ਨਹੀਂ ਬੰਨਣ ਦਿੰਦੇ ਖੇਡਣ ਲੱਗੇ ਜਾਂ ਪਟਕਾ ਜਾਂ ਰੁਮਾਲ ਬੰਨਿਆ ਜਾਂਦਾ ਉਸਨੇ ਬਹੁਤ ਕੱਸ ਕੇ ਰੁਮਾਲ ਬੰਨਿਆ ਹੋਇਆ ਸੀ ਜਦੋਂ ਖੇਡ ਰਿਹਾ ਸੀ ਤੇ ਪੁਲਿਸ ਵਾਲਿਆਂ ਨੇ ਉਸਨੂੰ ਜੂੜੇ ਤੋਂ ਫੜ ਲਿਆ ਉਹ ਕਹਿੰਦਾ ਜੂੜਾ ਛੱਡ ਦੇ ਪੁਲਿਸ ਵਾਲਾ ਕਹਿੰਦਾ ਛੱਡਿਆ ਨਹੀਂ ਕਹਿੰਦਾ ਨਹੀਂ ਛੱਡਣਾ ਬਾ ਉਹਨੇ ਪੁਲਿਸ ਵਾਲੇ ਦੀ ਅਜਿਹੀ ਲੱਤ ਮਾਰੀ ਵੀ ਪੁਲਿਸ ਵਾਲਾ ਗੱਸੀ ਖਾ ਕੇ ਡਿੱਗਾ ਉਹ ਕਹਿੰਦਾ ਅੱਜ ਤੋਂ ਬਾਅਦ ਮੇਰੇ ਜੂੜੇ ਮਤ ਲੈਣਾ ਬਾ ਫੇਰ ਕੀ ਸੀ ਪੁਲਿਸ ਵਾਲਿਆਂ ਨੂੰ ਮੱਛੀ ਚੜ ਗਈ ਵੀ ਕੱਲ੍ਹ ਦਾ ਜਵਾਬ ਸਾਡੇ ਲੱਤ ਮਾਰ ਗਿਆ ਉਹ ਸਾਨੂੰ ਦੇ ਗਿਆ ਵਾ ਉਹਨਾਂ ਨੇ ਵੀ ਭਾਈ ਜਗਤਾਰ ਸਿੰਘ ਤਾਰੇ ਤੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਜਦੋਂ ਕੋਈ ਘਟਨਾ ਵਾਪਰਨੀ ਤੁਹਾਡੇ ਅੰਦਰੋਂ ਭਾਈ ਜਗਤਾਰ ਸਿੰਘ ਤਾਰੇ ਨੂੰ ਚੁੱਕ ਲੈਣਾ ਬਾਈ ਜੀ ਮਲਕੀਤ ਸਿੰਘ ਨੂੰ ਉੱਠਾ ਲਟਕਾ ਕੇ ਕੁੱਟ ਕਰਨੀ ਬੀਬੀ ਮਲਕੀਤ ਕੌਰ ਦੀ ਕੁੱਟ ਕਰਨੀ ਪੁਲਿਸ ਵਾਲਿਆਂ ਨੇ ਘਰ ਦੇ ਅੰਦਰ ਹੀ ਚੌਂਕੀ ਲਗਾ ਦਿੱਤੀ ਪੁਲਿਸ ਵਾਲੇ 24 ਘੰਟੇ ਉਸ ਘਰ ਦੇ ਅੰਦਰ ਮੌਜੂਦ ਰਹਿਣ ਲੱਗ ਪਏ ਤੇ ਭਰਾ ਭੁਪਿੰਦਰ ਸਿੰਘ ਨੂੰ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਰਿਸ਼ਤੇਦਾਰ ਆਪਣੇ ਕੋਲ ਲੈ ਗਏ ਉਹਨਾਂ ਦੇ ਰਿਸ਼ਤੇਦਾਰ ਜਲੰਧਰ ਰਹਿੰਦੇ ਸਨ ਉਹਨਾਂ ਨੇ ਭੁਪਿੰਦਰ ਸਿੰਘ ਨੂੰ ਕਿਹਾ ਕਹਿੰਦੇ ਭੁਪਿੰਦਰ ਸਿੰਘ ਤੂੰ ਆ ਜਾ ਇਸ ਘਰ ਦੇ ਅੰਦਰ ਇੱਕ ਵਾਰ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਇੱਕ ਵਾਰ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਇਸੇ ਘਰ ਦੇ ਅੰਦਰ 2 ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਰਸ਼ਨ ਦੇ ਗਏ ਸਨ ਤੇ ਉਸ ਘਰ ਨੂੰ ਬਣਾ ਦਿੱਤਾ ਪੁਲਿਸ ਚੌਕੀ ਬਾਈ ਮਲਕੀਤ ਸਿੰਘ ਨੇ ਇੱਕ ਦਿਨ 22 ਪਿੰਡਾਂ ਦੀ ਪੰਚਾਇਤ ਰੱਖੀ 22 ਪਿੰਡਾਂ ਦੀ ਪੰਚਾਇਤ ਦੇ ਅੰਦਰ ਜਗਤਾਰ ਸਿੰਘ ਤਾਰੇ ਨੂੰ ਬੁਲਾਇਆ ਜਗਤਾਰ ਸਿੰਘ ਤਾਰੇ ਨੂੰ ਬੁਲਾ ਕੇ ਗੱਲ ਕਹੀ ਵੀ ਸੱਜਣਾ ਘਰ ਬੈਠ ਉਹ ਕਹਿੰਦਾ ਬਾਪੂ ਘਰੇ ਹੀ ਆ ਆਪਾਂ ਕਿਹੜੇ ਬਾਹਰ ਆ ਸਾਨੂੰ ਤਾਂ ਲੈ ਕੇ ਪੁਲਿਸ ਵਾਲੇ ਜਾਂਦੇ ਆ ਅਸੀਂ ਤਾਂ ਕੁਝ ਕਰਿਆ ਹੀ ਨਹੀਂ ਉਹ 22 ਪਿੰਡਾਂ ਦੀ ਪੰਚਾਇਤ ਨੇ ਫੈਸਲਾ ਕੀਤਾ ਵੀ ਜਗਤਾਰ ਸਿੰਘ ਤਾਰੇ ਨੂੰ ਛੁਡਵਾ ਲਿਆ ਜਾਵੇਗਾ ਹੁਣ ਉਹ ਪੰਚਾਇਤ ਦੇ ਵਿੱਚ ਖੜਾ ਹੋਣ ਲੱਗਾ ਕਹਿੰਦਾ ਕੀ ਤੁਹਾਡੀ ਗੱਲ ਸਰਕਾਰ ਮੰਨੇਗੀ ਹੁਣ ਕੋਈ ਪੰਚਾਇਤ ਮੈਂਬਰ ਇਹ ਕਹਿਣ ਨੂੰ ਤਿਆਰ ਨਹੀਂ ਵੀ ਸਾਡੀ ਗੱਲ ਮੰਨੀ ਜਾਏਗੀ ਕੋਈ ਤਿਆਰ ਹੀ ਨਾ ਹੋਇਆ ਉਹ ਕਹਿੰਦਾ ਜਦ ਤੁਹਾਨੂੰ ਪਤਾ ਤੁਹਾਡੀ ਗੱਲ ਮੰਨਣੀ ਕਿਉਂ ਨੇ ਕਿਸੇ ਨੇ ਨਹੀਂ ਫਿਰ ਤੁਸੀਂ ਮੈਨੂੰ ਕਿਉਂ ਮੌਤ ਦੇ ਘਾਟ ਉਤਾਰਦੇ ਹੋ ਬਸ ਅੱਜ ਤੋਂ ਮੇਰੀ ਤੁਹਾਨੂੰ ਆਖਰੀ ਫਤਿਹ ਅੱਜ ਜਿਹੜੇ ਮੇਰੇ ਦਰਸ਼ਨ ਤੁਹਾਨੂੰ ਹੋਗੇ ਹੋਣੇ ਸੀ ਅੱਜ ਤੋਂ ਬਾਅਦ ਮੇਰੇ ਦਰਸ਼ਨ ਤੁਹਾਨੂੰ ਨਹੀਂ ਹੋਣੇ ਸੱਚ ਮੁੱਚ ਉਸ ਦਿਨ ਤੋਂ ਬਾਅਦ ਕਿਸੇ ਨੇ ਭਾਈ ਜਗਤਾਰ ਸਿੰਘ ਤਾਰਾ ਪੰਜੋਲੇ ਵਾਲਾ ਨਹੀਂ ਦੇਖਿਆ ਭਾਈ ਜਗਤਾਰ ਸਿੰਘ ਤਾਰਾ ਪੰਜੋਲੇ ਵਾਲਾ ਕਿਸੇ ਨੇ ਨਹੀਂ ਦੇਖਿਆ ਉਹ ਖਾੜਕੂ ਸੰਘਰਸ਼ ਦੇ ਅੰਦਰ ਸ਼ਾਮਲ ਹੋ ਗਿਆ ਹਰਮੀਤ ਸਿੰਘ ਭਾਊਵਾਲ ਨਾਲ ਵੀ ਇੰਜੀ ਵਾਪਰਿਆ ਬਲਵੀਰ ਸਿੰਘ ਫੌਜੀ ਉਹ ਫੌਜੀ ਸੀ ਫੌਜ ਦੇ ਅੰਦਰ ਨੌਕਰੀ ਕਰਦਾ ਸੀ ਪਰ ਫੌਜ ਦੇ ਅੰਦਰ ਵੀ ਜਦੋਂ ਉਸ ਨਾਲ ਧੱਕਾ ਹੋਇਆ ਨਾ ਉਸਨੇ ਕਿਹਾ ਮੈਂ ਰਾਖੀ ਕਰਦਾ ਬਾਰਡਰਾਂ ਦੀ ਕਿੰਨੀ ਦੇਰ ਰਾਖੀ ਕਰਾਂਗਾ ਇਹ ਤਾਂ ਮੈਨੂੰ ਸਿਆਣਦੇ ਹੀ ਕੁਝ ਨਹੀਂ ਜਦੋਂ ਮਰਨਾ ਹੁੰਦਾ ਅੱਗੇ ਕਰ ਦਿੰਦੇ ਨੇ ਤੇ ਜਦੋਂ ਸਾਡੀ ਲਾਪਾ ਕਰਨੀ ਨੇ ਸਾਨੂੰ ਪਿੱਛੇ ਖਿੱਚ ਕੇ ਸਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ ਮੈਂ ਨੌਕਰੀ ਨਹੀਂ ਕਰਨੀ ਉਹ ਨੌਕਰੀ ਛੱਡ ਕੇ ਖਾੜਕੂ ਸੰਘਰਸ਼ ਦੇ ਅੰਦਰ ਸ਼ਾਮਲ ਹੋ ਗਿਆ ਉਹ ਕੋਈ
ਉਂਝ ਖੜਕੂ ਨਹੀਂ ਬਣਿਆ ਇਹਨਾਂ ਨੇ ਹਥਿਆਰ ਉਦੋਂ ਚੱਕੇ ਜਦੋਂ ਪਾਣੀ ਸਿਰ ਤੋਂ ਟੱਪ ਚੁੱਕਾ ਸੀ ਭਾਈ ਮਲਕੀਤ ਸਿੰਘ ਜੀ ਗਿਆਨੀ ਜੋਤ ਸਿੰਘ ਗਿਲਕੋ ਵੈਲੀ ਵਾਲੇ ਅੱਖੀ ਰਹਿੰਦੇ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਭਾਈ ਮਲਕੀਤ ਸਿੰਘ ਤਾਰੇ ਦੇ ਪਿਤਾ ਦੀ ਇੰਨੀ ਕੁੱਟ ਪੁਲਿਸ ਨੇ ਕੀਤੀ ਕਿ ਉਹ ਜਿਹੜਾ ਟਰੱਕ ਚਲਾਉਂਦਾ ਇਨਸਾਨ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਉਹਦੇ ਉਸਦੇ ਟੁੱਬ ਪੈ ਗਿਆ ਉਹ ਮੁੜ ਕੇ ਸਿੱਧਾ ਹੀ ਨਾ ਉਸ ਕਿਹਾ ਉਹ ਜਿੰਨੀ ਦੇਰ ਜੀਵਤ ਰਿਹਾ ਖੂਨੀ ਨਾਲ ਤੁਰਦਾ ਰਿਹਾ ਆਖਿਰਕਾਰ ਜਦੋਂ ਤੁਰਨ ਤੋਂ ਵੀ ਅਪਾਹਜ ਹੋ ਗਿਆ ਉਹ ਮੰਜੇ ਤੇ ਡੇਢ ਸਾਲ ਪਿਆ ਰਿਹਾ ਪੁਲਿਸ ਨੇ ਇੰਨਾ ਤਸ਼ੱਦ ਉਹਨਾਂ ਪਰਿਵਾਰਾਂ ਤੇ ਕੀਤਾ ਤੇ ਇੱਧਰ ਇਹਨਾਂ ਸਿੰਘਾਂ ਨੇ ਇੱਕ ਸੁਮੇਧ ਸੈਣੀ ਨੂੰ ਇੱਕ ਵਾਰ ਭੜਕਾਉਣ ਦੀ ਨੀਤੀ ਬਣਾ ਲਈ ਵੀ ਸੁਮੇਧ ਸੈਣੀ ਨੂੰ ਚੱਕ ਦੇਣਾ ਜਿਹੜਾ ਸਾਡੇ ਘਰਦਿਆਂ ਨੂੰ ਤੰਗ ਕਰਦਾ ਜਦੋਂ ਇਹ ਸੁਮੇਧ ਸੈਣੀ ਨੂੰ ਮਾਰਨ ਗਏ ਸੁਮੇਧ ਸੈਣੀ ਤਾਂ ਮਰਿਆ ਨਹੀਂ ਪਰ ਮਾਰਿਆ ਗਿਆ ਡਰਾਈਵਰ ਸੁਮੇਧ ਸੈਣੀ ਬਚ ਗਿਆ ਉਹ ਹਸਪੀਟਲ ਦੇ ਅੰਦਰ ਦਾਖਲ ਹੋ ਗਿਆ ਸੱਟਾਂ ਵੱਜੀਆਂ ਕਿਉਂਕਿ ਗੱਡੀ ਘੁੰਮ ਕੇ ਐਕਸੀਡੈਂਟ ਹੋ ਗਿਆ ਤੇ ਹਸਪਤਾਲ ਦੇ ਅੰਦਰ ਮਹਾਰਾਜ ਕਿਰਪਾ ਕਰੇ ਜੇ ਤਾਂ ਸਾਨੂੰ ਬਾਣਾ ਪਵਾਇਆ ਤਾਂ ਇਸ ਬਾਣੇ ਦੇ ਧਾਰਨੀ ਬਣਾਵੇ ਨਹੀਂ ਸਾਨੂੰ ਬਾਣਾ ਨਾ ਮਹਾਰਾਜ ਪਵਾਵੇ ਬਾਣਾ ਪਾ ਕੇ ਜਿਹੜਾ ਪਾਪ ਕਮਾਉਂਦੇ ਨੇ ਨਾ ਉਹ ਪਾਪ ਕਿਤੇ ਬਖਸ਼ੇ ਨਹੀਂ ਜਾਣੇ ਇਹ ਗੁਰਦੁਆਰਾ ਹੈ ਇੱਥੇ ਲੋਕ ਬਾਹਰੋਂ ਪਾਪ ਕਰਕੇ ਗੁਰਦੁਆਰੇ ਬਖਸ਼ਾਉਣ ਆਉਂਦੇ ਨੇ ਪਰ ਜਿਹੜੇ ਪਾਪ ਗੁਰਦੁਆਰੇ ਚ ਕੀਤੇ ਜਾਣ ਉਹ ਕਿਤੇ ਬਖਸ਼ਾਏ ਨਹੀਂ ਜਾ ਸਕਦੇ ਬਾਹਰ ਕੀਤੇ ਪਾਪ ਲੋਕ ਗੁਰਦੁਆਰੇ ਬਖਸ਼ਾਉਣ ਆਉਂਦੇ ਨੇ ਪਰ ਜਿਹੜੇ ਪਾਪ ਗੁਰਦੁਆਰੇ ਹੋ ਜਾਣ ਨਾ ਉਹ ਕਿਤੇ ਬਖਸ਼ਾਏ ਨਹੀਂ ਜਾ ਸਕਦੇ ਇੱਕ ਬਾਣੇ ਵਾਲਾ ਟੌਟ ਮਿਲਣ ਆਇਆ ਸੁਮੇਧ ਸੈਣੀ ਨੂੰ ਉਹ ਸੁਮੇਧ ਸੈਣੀ ਦਾ ਆੜੀ ਸੀ ਉਹ ਸੁਮੇਧ ਸੈਣੀ ਨੂੰ ਕਹਿਣ ਲੱਗਿਆ ਕੀ ਗੱਲ ਹੋ ਗਈ ਉਹ ਕਹਿੰਦਾ ਮਾਰਤਾ ਸੀ ਸਿੰਘਾਂ ਨੇ ਹੁਣ ਮੈਂ ਬਸ ਉਸ ਸਿੰਘ ਤੋਂ ਬਦਲਾ ਲੈਣਾ ਜਿਹੜਾ ਮੈਨੂੰ ਮਾਰਨ ਆਇਆ ਸੀ ਉਹ ਕਹਿੰਦਾ ਦੱਸ ਤਾਂ ਕੌਣ ਸੀ ਉਹ ਕਹਿੰਦਾ ਉਹ ਸੀ ਬਲਵਿੰਦਰ ਜਕਾਣਾ ਕਹਿੰਦਾ ਕਿਹੜਾ ਪਿੰਡ ਕਹਿੰਦਾ ਪਿੰਡ ਹੈ ਉਹਦਾ ਜਕਾਣਾ ਕਹਿੰਦਾ ਕੋਈ ਗੱਲ ਨਹੀਂ ਅਜੀਤ ਸਿੰਘ ਪੂਲਾ ਉਸ ਟਾਊਟ ਦਾ ਨਾਂ ਆਪਣੇ ਆਪ ਨੂੰ ਨਹੰਤ ਮੁਖੀ ਕਹਾਉਂਦਾ ਹੈ ਤੇ ਨਾਲ ਆਪਣੇ ਗੁੰਡਿਆਂ ਦੀ ਫੌਜ ਰੱਖਦਾ ਹੈ ਉਹ ਪਹੁੰਚ ਗਿਆ ਸੁਮੇਧ ਸੈਣੀ ਦਾ ਬਦਲਾ ਲੈਣ ਵਾਸਤੇ ਜਟਾਣੇ ਜਟਾਣੇ ਨੇ ਦੋ ਇੱਕ ਜਟਾਣਾ ਹੈ ਖਮਾਣੋ ਦੇ ਕੋਲ ਜਿਸ ਨੂੰ ਉੱਚਾ ਜਟਾਣਾ ਕਿਹਾ ਜਾਂਦਾ ਹੈ ਤੇ ਸਾਰੀ ਰਾਤ ਉੱਚੇ ਜਟਾਣੇ ਬਲਵਿੰਦਰ ਸਿੰਘ ਜਟਾਣੇ ਦਾ ਘਰ ਲੱਭਦਾ ਰਿਹਾ ਪਰ ਇਸ ਨੂੰ ਬਲਵਿੰਦਰ ਸਿੰਘ ਜਟਾਣੇ ਦਾ ਘਰ ਹੀ ਨਾ ਲੱਭਾ ਕਿਸੇ ਨੇ ਦੱਸਿਆ ਕਿੱਥੇ ਹੈ ਕਹਿੰਦਾ ਬਲਵਿੰਦਰ ਸਿੰਘ ਜਟਾਣੇ ਦਾ ਘਰ ਕਹਿੰਦਾ ਬਲਵਿੰਦਰ ਸਿੰਘ ਜਟਾਣੇ ਦਾ ਘਰ ਇਹ ਜਟਾਣਾ ਥੋੜੇ ਹੈ ਕਹਿੰਦੇ ਕਿਹੜਾ ਜਟਾਣਾ ਹੈ ਕਹਿੰਦਾ ਉਹ ਜਟਾਣਾ ਹੈ ਬਿਲਕੁਲ ਚਮਕੌਰ ਸਾਹਿਬ ਦੇ ਨੇੜੇ ਪਹੁੰਚ ਗਿਆ ਚਮਕੌਰ ਸਾਹਿਬ ਇਹਨੇ ਪੁੱਛਿਆ ਤੇ 2 ਵਜੇ ਅੰਮ੍ਰਿਤ ਵੇਲਾ ਹੋ ਜਾਂਦਾ 2 ਵਜੇ ਗੁਰਸਿੱਖਾਂ ਦਾ ਇਹ ਪੂਰੇ 2 ਵਜੇ ਪਹੁੰਚ ਗਿਆ ਪਿੰਡ ਜਟਾਣੇ ਜਿੱਥੇ ਦਾ ਰਹਿਣ ਵਾਲਾ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਇਹਨੇ ਭਾਈ ਬਲਵਿੰਦਰ ਸਿੰਘ ਦੇ ਘਰ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਘਰ ਦੇ ਅੰਦਰ ਕੋਈ ਨਹੀਂ ਘਰ ਦੇ ਅੰਦਰ ਔਰਤਾਂ ਨੇ ਘਰ ਦੇ ਅੰਦਰ ਬਲਵਿੰਦਰ ਸਿੰਘ ਜਟਾਣੇ ਦੀ ਦਾਦੀ ਦੁਆਰ ਘਰ ਘਰ ਦੇ ਅੰਦਰ ਬਲਵਿੰਦਰ ਸਿੰਘ ਜਟਾਣੇ ਦੀ ਮਾਸੀ ਘਰ ਦੇ ਅੰਦਰ ਬਲਵਿੰਦਰ ਸਿੰਘ ਜਟਾਣੇ ਦੀ ਭੈਣ ਘਰ ਦੇ ਅੰਦਰ ਬਲਵਿੰਦਰ ਸਿੰਘ ਜਟਾਣੇ ਦਾ ਇੱਕ ਹੈਂਡੀਕੈਪਟ ਭਾਣਜਾ ਜਿਸ ਨੂੰ ਭੋਲੀ ਹੋ ਗਿਆ ਇਹਨੇ ਚਾਰੇ ਪਾਸੇ ਘੇਰਾ ਪਾ ਕੇ ਦਰਵਾਜ਼ਾ ਖੜਕਾਇਆ ਹੁਣ ਮਾਸੀ ਨੇ ਖੋਲਿਆ ਦਰਵਾਜ਼ਾ ਜਦੋਂ ਦਰਵਾਜ਼ਾ ਖੋਲਿਆ ਨਾ ਇਹਨੇ ਆਪਣੇ ਬੰਦੂਕ ਦਾ ਮੁੱਠਾ ਜ਼ੋਰ ਨਾਲ ਉਸ ਮਾਸੀ ਦੇ ਸਿਰ ਦੇ ਅੰਦਰ ਮਾਰਿਆ ਕਹਿੰਦਾ ਦੱਸ ਬਲਵਿੰਦਰ ਜਟਾਣਾ ਕਿੱਥੇ ਉਹ ਕਹਿੰਦੀ ਗੁਰਮੁਖ ਪਿਆਰਿਓ ਸਾਨੂੰ ਕਿੱਥੇ ਪਤਾ ਬਲਵਿੰਦਰ ਸਿੰਘ ਜਟਾਣਾ ਕਿੱਥੇ ਹੈ ਇਹ ਸ਼ਰਾਬ ਨਾਲ ਲੱਥ-ਪੱਥ ਹੋਏ ਪਏ ਨੇ ਤੇ ਵਾਰ ਵਾਰ ਬਲਵਿੰਦਰ ਸਿੰਘ ਜਟਾਣੇ ਦਾ ਪਤਾ ਪੁੱਛਦੇ ਨੇ ਉਹ ਕਹਿੰਦੀ ਸਾਨੂੰ ਨਹੀਂ ਪਤਾ ਕਹਿੰਦਾ ਫਿਰ ਦੱਸਣਾ ਨਹੀਂ ਉਹ ਕਹਿੰਦੀ ਜਿਸ ਦਿਨ ਦਾ ਗਿਆ ਘਰ ਆਇਆ ਹੀ ਨਾ ਉਹ ਤਾਂ ਘਰ ਹੀ ਨਹੀਂ ਆਇਆ ਕਹਿੰਦਾ ਇਹਦਾ ਮਤਲਬ ਤੂੰ ਨਹੀਂ ਦੱਸਦੀ ਤੇ ਫਿਰ ਲਾਵਾ ਜੂੰਦੀ ਨੂੰ ਅੱਗ ਉਹ ਕਹਿੰਦੀ ਚਾਹੇ ਅੱਗ ਲਾ ਕੇ ਡੁੱਬਦੇ ਜਦ ਪਤਾ ਹੀ ਕੁਝ ਨਹੀਂ ਪਹਿਲਾਂ ਤਾਂ ਇਹਨੇ ਕੁੱਟੇ ਕੁੱਟਣ ਤੋਂ ਬਾਅਦ ਗੋਲੀਆਂ ਦੀ ਬਰਛਾੜ ਕਰ ਦਿੱਤੀ ਤੇ ਜਦੋਂ ਫਿਰ ਵੀ ਉਹ ਚੁੱਪ ਰਹੇ ਉਹ ਕਹਿੰਦੇ ਸਾਨੂੰ ਪਤਾ ਹੀ ਕੁਝ ਨਹੀਂ ਇਹਨੇ ਜਿੰਨੇ ਕੱਪੜੇ ਪਏ ਸੀ ਨਾ ਸਾਰੇ ਕੱਪੜੇ ਕੱਢੇ ਬਾਹਰ ਕੱਪੜੇ ਕੱਢ ਕੇ ਬਾਹਰ ਉਹਨਾਂ ਚਾਰਾਂ ਨੂੰ ਫੜਿਆ
तिने को बीबिया दादी बुजुर्ग है मासी की उम्र अधकड़ है भैन नौजवान है ते बच्चा जड़ा है वह पिंगला है चल फिर नहीं सकता इन्हें उस बच्चे से भी तरसना खादा उस बच्चे ने भी उस कपड़े के बिच बिठा के इन्हें कपड़े अग लगा दी तड़पते जूंदे जी बलविंदर सिंह चटाने के वो चारे परिवार के मैंबर किमें तड़प करके शहीद होए होंगे इस गल सीन अपनी अखों के सामने लैके पे संघर्ष लड़ते सौखे नहीं होंगे अब मेरे वर्गा करके स्टेजा तो डींगा तो मार सकता है पर संघर्ष को अपने शरीर से हटाना बड़ा औखा होता है। खंट पिंड के अंदर सी लाली खंट वाले का नाम तुम सुनिया होगा उस पिंड के अंदर भाई बलविंदर सिंह जटाणा जदों अखबार इसकी अखा के सामने आया अखबार के पन्ने परोले अखबार के पन्नों के बिच अपने परिवार की खबर पढ़ी ऐसा अखा नम हो गई। एक बीबी खाकू संघर्ष के बीच हिस्सा लेंदी सी उस बीबी का नाम सी निप्रीत कौर उस बीबी ने जटाने को दसिया कहंदी जटाणिया तेरा परिवार अजीत सिंह भूले ने अग ला के कहंदा बड़ा कहर कमाया पर बापू कहता सी भी राह सौखा नहीं राह औखा है पर कहना इन्ना भी औखा नहीं जिन्ना मैं सकता सी। गुरु दे लेखे लग गए ने कोई गल नहीं गुरु ने गुरु आप बख्शिश करेगा ते भाई बलविंदर सिंह जटाणा रहन लग पे। इस ग्रुप ने बड़िया धूमा पाइया कोई फैसला ना होना पिंडां दे अंदर लोगों ने इस ग्रुप के कोल जाना पिंडां दे फैसले कराने इन्होंने कुड़ियां वसाइया ते बलविंदर सिंह जटाणे का पुराना साथी सी चरणजीत सिंह चन्ना जिहड़ा पंजाब की धरती छड़ के अमरीका चुका सी जदों अमरीका आया ना चरणजीत सिंह चन्ना तेन पंजाब के हालात से बलविंदर सिंह जटाणे बारे पता लगा भी किवें परिवार अग लगा दिती। ये भाई चरणजीत सिंह चन्ना अमरीका की धरती छड़ के वापस पंजाब पहुंच गया ते बलविंदर सिंह जटाणे नाल रल गया इन्हें बलविंदर सिंह जटाणे नूं हौसला दिता। एक दिन पटियाले बब्बरां की मीटिंग सी पटियाले बब्बरां की मीटिंग करके वापस जदों वापस आउण लगे ना एक मुखबर ने पूरी पूरी मुखबरी दे के इन्हां नूं मराउण की कोशिश की थी। पहुंचे ने साधुगढ़ के कोल साधुगढ़ के कोल फाटक रेलवे के लगे हुए ने फाटक पुलिसियों ने बंद करा दिते इन्होंने सामने अंबाला पुलिस की आउंदी हुई जीप जदों तकी ना यह दोवें समझ गए भी हुण सामने कोई खतरा है ते हुण असीं इस खतरे नूं भाप लेना है ते इन्हां दोनों ने जीप नूं थोड़ा कीता तेज जदों अगे जाण लगे पुलिस वालिआं ने जीप दे उत्तों गोलियां चला के दोनों सिंघां नूं शहीद कर दित्ते। इहों कुछ
पछाण की इन्होंने जवाबी जवाब भी दते जिनी देर चला सकते सन गोलियां चलाईया पर उस स्काउट ने बिल्कुल सही सही दसा सी कि असला है केड़े रंग की जीत है कितने जानी है ते आखिरकार छाती से गोलियां बजिया वाहिगुरु वाहिगुरु कहते हुए जिन्हें उत्ते पै के अपनी जिंदगी रूप में लिखे लागे आपको सतनाम श्री।